ਨੀਤ ਦੀਪਤੀ ਜੀਵਨਜੀ ਨੇ ਪੈरिस ਪੈਰਾਓਲੰਪਿਕ ਖੇਡਾਂ ਵਿੱਚ ਔਰਤਾਂ ਦੇ 400 ਮੀਟਰ T20 ਫਾਈਨਲ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਦੀਪਤੀ ਇੱਕ 20 ਸਾਲਾ ਪੈਰਾਥਲੀਟ ਹੈ ਜਿਸ ਨੇ ਹਦਰਾਬਾਦ ਦੇ ਵਾਰੰਗਲ ਜ਼ਿਲ੍ਹੇ ਵਿੱਚ ਦਿਹਾੜੀਦਾਰ ਮਜ਼ਦੂਰਾ ਜੇ ਯਾਦਗਰੀ ਅਤੇ ਇਹ ਤਾਂ ਲక్ష్ਮੀ ਦੇ ਕਰਜਨਮ ਲਿਆ ਸੀ। ਦੀਪਤੀ ਦੀ ਸ਼ੁਰੂਆਤੀ ਜ਼ਿੰਦਗੀ ਚੈਲੰਜਸ ਨਾਲ ਭਰੀ ਹੋਈ ਸੀ। ਵਿੱਤੀ ਤੌਰ ਤੇ ਸੀਮਤ ਮਾਹੌਲ ਵਿੱਚ ਵੱਡੀ ਹੋ ਕੇ ਉਸਨੇ ਆਪਣੇ ਭਾਈਚਾਰੇ ਦੇ ਸਮਾਜਿਕ ਪੱਖਪਾਤ ਅਤੇ ਸੰਦੇਹਵਾਦ ਦਾ ਸਾਹਮਣਾ ਵੀ ਕੀਤਾ ਪਰ ਹੁਣ ਉਸਨੇ ਮੈਡਲ ਜਿੱਤ ਕੇ ਸਾਬਿਤ ਕਰ ਦਿੱਤਾ ਹੈ ਕਿ ਮਾਹੌਲ ਜਿਵੇਂ ਦਾ ਮਰਜ਼ੀ ਹੋਵੇ ਜੇ ਤੁਹਾਡੇ ਮਨਸੂਬੇ ਪਾਕ ਨੇ ਤਾਂ ਤੁਹਾਨੂੰ ਕੋਈ ਵੀ ਤੁਹਾਡੀ ਮੰਜ਼ਿਲ ਤੱਕ ਪਹੁੰਚਣ ਤੋਂ ਨਹੀਂ ਰੋਕ ਸਕਦਾ ਵਿਸ਼ਵ ਚੈਂਪੀਅਨਸ਼ਿਪ ਦੀ ਸੋਨ ਤਗਮਾ ਜੇਤੂ ਭਾਰਤ ਦੇ ਦੀਪਤੀ ਜੀਵਨ ਜੀ ਨੇ ਪੈरिस ਪੈਰਾਓਲੰਪਿਕ ਦੀ ਐਥਲੈਟਿਕ ਦੀ ਮਹਿਲਾ 400 ਮੀਟਰ T20 ਪ੍ਰਤੀਯੋਗਤਾ ਵਿੱਚ 55.82 ਸੈਕਿੰਡ ਦੇ ਸਮੇਂ ਨਾਲ ਕਾਂਸੀ ਦਾ ਤਮਗਾ ਜਿੱਤਿਆ ਇਸ ਮਹੀਨੇ 21 ਸਾਲ ਦੀ ਹੋਣ ਵਾਲੀ ਦੀਪਤੀ ਯੂਕਰੇਨ ਦੀ ਯੂਲੀਆ ਸ਼ੋਲਿਆਰ ਅਤੇ ਵਿਸ਼ਵ ਰਿਕਾਰਡ ਤਾਰਕ ਤੁਰਕੀ ਦੀ ਆਇਸੇਲ ਤੋਂ ਬਾਅਦ ਤੀਸਰੇ ਸਥਾਨ ਤੇ ਰਹੀ। ਉੱਥੇ ਭਾਰਤ ਨੇ ਪੈरिस ਪੈਰਾਓਲੰਪਿਕਸ 2024 ਵਿੱਚ 20 ਤਮਗੇ ਜਿੱਤ ਕੇ ਇਤਿਹਾਸ ਲਿਖਿਆ ਹੈ। ਭਾਰਤ ਨੇ ਪੈਰਾਓਲੰਪਿਕਸ ਚਾਪਨਾ ਹੀ ਰਿਕਾਰਡ ਤੋੜ ਦਿੱਤਾ। ਭਾਰਤ ਨੇ ਟੋਕੀਓ ਪੈਰਾਓਲੰਪਿਕ 2021 ਵਿੱਚ ਕੋਲ 19 ਮੈਡਲ ਦਿੱਤੇ ਸਨ ਜੋ ਕਿ ਪੈਰਾਓਲੰਪਿਕ ਇਤਿਹਾਸ ਵਿੱਚ ਹੁਣ ਤੱਕ ਦਾ ਭਾਰਤ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ ਹੈ ਪਰ 3 ਦਸੰਬਰ ਨੂੰ ਭਾਰਤ ਨੇ ਪੈਰਾਓਲੰਪਿਕ ਵਿੱਚ 20 ਤਗਮੇ ਜਿੱਤ ਕੇ ਟੋਕੀਓ ਪੈਰਾਓਲੰਪਿਕ ਦਾ ਰਿਕਾਰਡ ਤੋੜ ਦਿੱਤਾ ਜੋ ਕਿ 3 ਸਾਲ ਪਹਿਲਾਂ ਬਣਿਆ ਸੀ ਭਾਰਤ ਨੇ ਹੁਣ ਤੱਕ 3 ਸੋਨ 7 ਚਾਂਦੀ ਤੇ 10 ਕਾਂਸੀ ਸਣੇ ਕੁੱਲ 20 ਮੈਡਲ ਜਿੱਤੇ ਨੇ ਟੋਕੀਓ ਵਿੱਚ ਆਪਣੇ ਹੀ ਤਮਗੇ ਨੇ ਪੈਰਾਓਲੰਪਿਕ ਰਿਕਾਰਡ ਤੋੜ ਦਿੱਤਾ ਹੈ ਭਾਰਤ ਨੂੰ ਪੈਰਾਓਲੰਪਿਕ 2024 ਵਿੱਚ ਅੱਧੇ ਤੱਕ ਮੈ ਪੈਰਾਥਲੇਟਿਕਸ ਵਿੱਚੋਂ ਮਿਲੇ ਸ ਜੋ ਕਿ ਭਾਰਤ ਨੇ ਪੈਰਾ ਬੈਡਮਿੰਟਨ ਦੇ ਵਿੱਚ 5 ਤਮਗੇ ਜਿੱਤੇ ਸ। ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ 4 ਮੈਡਲ ਤੇ ਦਿਰੰਦਾਸੀ ਦੇ ਵਿੱਚ 1 ਮੈਡਲ ਮਿਲਿਆ। ਭਾਰਤ ਨੇ 3 ਦਸੰਬਰ ਨੂੰ ਸ਼ੁਰੂ ਹੋਏ ਪੈਰਾਓਲੰਪਿਕਸ ਦੇ 6ਵੇਂ ਦਿਨ 5 ਹੋਰ ਤਗਮੇ ਜਿੱਤੇ ਜਿਸ ਵਿੱਚ ਦੀਪਤੀ ਜੀਵਨਜੀ ਨੇ ਔਰਤਾਂ ਦੇ 400 ਮੀਟਰ T20 ਵਰਗ ਵਿੱਚ ਕਾਂਸੀ ਪੈਰਾਥਲੀਟ ਦੀਪਤੀ ਜੀਵਨਜੀ ਨੇ ਪੈरिस ਪੈਰਾਓਲੰਪਿਕ ਖੇਡਾਂ ਵਿੱਚ ਔਰਤਾਂ ਦੇ 400 ਮੀਟਰ T20 ਫਾਈਨਲ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਦੀਪਤੀ ਇੱਕ 20 ਸਾਲਾ ਪੈਰਾਥਲੀਟ ਹੈ ਜਿਸ ਨੇ ਹਦਰਾਬਾਦ ਦੇ ਵਾਰੰਗਲ ਜ਼ਿਲ੍ਹੇ ਵਿੱਚ ਦੇਹੜੀਦਾਰ ਮਜ਼ਦੂਰਾ ਜੇ ਯਾਦਗਰੀ ਅਤੇ ਇਹ ਤਨ ਲక్ష్ਮੀ ਦੇ ਕਰਜਨਮ ਲਿਆ ਸੀ ਦੀਪਤੀ ਦੀ ਸ਼ੁਰੂਆਤੀ ਜ਼ਿੰਦਗੀ ਚੈਲੰਜਸ ਨਾਲ ਭਰੀ ਹੋਈ ਸੀ ਵਿੱਤੀ ਤੌਰ ਤੇ ਸੀਮਤ ਮਾਹੌਲ ਵਿੱਚ ਵੱਡੀ ਹੋ ਕੇ ਉਸ ਨੇ ਆਪਣੇ ਭਾਈ ਚਾਰੇ ਦੇ ਸਮਾਜਿਕ ਪੱਖਪਾਤ ਅਤੇ ਸੰਦੇਹਵਾਦ ਦਾ ਸਾਹਮਣਾ ਵੀ ਕੀਤਾ ਪਰ ਹੁਣ ਉਸ ਨੇ ਮੈਡਲ ਜਿੱਤ ਕੇ ਸਾਬਿਤ ਕਰ ਦਿੱਤਾ ਹੈ ਕਿ ਮਾਹੌਲ ਜਿਵੇਂ ਦਾ ਮਰਜ਼ੀ ਹੋਵੇ ਜੇ ਤੁਹਾਡੇ ਮਨਸੂਬੇ ਪਾਕ ਨੇ ਤਾਂ ਤੁਹਾਨੂੰ ਕੋਈ ਵੀ ਤੁਹਾਡੀ ਮੰਜ਼ਿਲ ਤੱਕ ਪਹੁੰਚਣ ਤੋਂ ਨਹੀਂ ਰੋਕ ਸਕਦਾ ਵਿਸ਼ਵ ਚੈਂਪੀਅਨਸ਼ਿਪ ਦੀ ਸੋਨ ਤਗਮਾ ਜੇਤੂ ਭਾਰਤ ਦੀ ਦੀਪਤੀ ਜੀਵਨ ਜੀ ਨੇ ਪੈरिस ਪੈਰਾਓਲੰਪਿਕ ਦੀ ਐਥਲੈਟਿਕ ਦੀ ਮਹਿਲਾ 400 ਮੀਟਰ T20 ਪ੍ਰਤੀਯੋਗਤਾ ਵਿੱਚ 55.82 ਸਕਿੰਡ ਦੇ ਸਮੇਂ ਨਾਲ ਕਾਂਸੀ ਦਾ ਤਮਗਾ ਜਿੱਤਿਆ ਹੈ ਇਸ ਮਹੀਨੇ 21 ਸਾਲ ਦੀ ਹੋਣ ਵਾਲੀ ਦੀਪਤੀ ਯੂਕਰੇਨ ਦੀ ਯੂਲੀਆ ਸ਼ੋਲਿਆਰ ਅਤੇ ਵਿਸ਼ਵ ਰਿਕਾਰਡ ਤਾਰਕ ਤੁਰਕੀ ਦੀ ਆਇਸੇਲ ਤੋਂ ਬਾਅਦ ਤੀਜੇ ਸਥਾਨ ਤੇ ਰਹੀ ਉੱਥੇ ਭਾਰਤ ਨੇ ਪੈरिस ਪੈਰਾਓਲੰਪਿਕਸ 2024 ਵਿੱਚ 20 ਤਮਗੇ ਜਿੱਤ ਕੇ ਇਤਿਹਾਸ ਲਿਖਿਆ ਹੈ ਭਾਰਤ ਨੇ ਪੈਰਾਓਲੰਪਿਕਸ ਚਾਪਨਾ ਹੀ ਰਿਕਾਰਡ ਤੋੜ ਦਿੱਤਾ ਹੈ ਭਾਰਤ ਨੇ ਟੋਕੀਓ ਪੈਰਾਓਲੰਪਿਕ 2021 ਵਿੱਚ ਕੋਲ 19 ਮੈਡਲ ਦਿੱਤੇ ਸਨ ਜੋ ਕਿ ਪੈਰਾਓਲੰਪਿਕ ਇਤਿਹਾਸ ਵਿੱਚ ਹੁਣ ਤੱਕ ਦਾ ਭਾਰਤ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ ਹੈ ਪਰ 3 ਦਸੰਬਰ ਨੂੰ ਭਾਰਤ ਨੇ ਪੈਰਾਓਲੰਪਿਕ ਵਿੱਚ 20 ਤਗਮੇ ਜਿੱਤ ਕੇ ਟੋਕੀਓ ਪੈਰਾਓਲੰਪਿਕ ਦਾ ਰਿਕਾਰਡ ਤੋੜ ਦਿੱਤਾ ਜੋ ਕਿ 3 ਸਾਲ ਪਹਿਲਾਂ ਬਣਿਆ ਸੀ ਭਾਰਤ ਨੇ ਹੁਣ ਤੱਕ 3 ਸੋਨ 7 ਚਾਂਦੀ ਤੇ 10 ਕਾਂਸੀ ਸਣੇ ਕੁੱਲ 20 ਮੈਡਲ ਜਿੱਤੇ ਨੇ ਟੋਕੀਓ ਵਿੱਚ ਆਪਣੇ ਹੀ ਤਮਗੇ ਨੇ ਪੈਰਾਓਲੰਪਿਕ ਰਿਕਾਰਡ ਤੋੜ ਦਿੱਤਾ ਹੈ ਭਾਰਤ ਨੂੰ ਪੈਰਾਓਲੰਪਿਕ 2024 ਵਿੱਚ ਅੱਧੇ ਤੱਕ ਮੈ ਪੈਰਾਥਲੇਟਿਕਸ ਵਿੱਚੋਂ ਮਿਲੇ ਸ ਜੋ ਕਿ ਭਾਰਤ ਨੇ ਪੈਰਾ ਬੈਡਮਿੰਟਨ ਦੇ ਵਿੱਚ ਪੰਜ ਤਮਗੇ ਜਿੱਤੇ ਸਾ ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ ਚਾਰ ਮੈਡਲ ਈਰੰਦਾਸੀ ਦੇ ਵਿੱਚ ਇੱਕ ਮੈਡਲ ਮਿਲਿਆ ਭਾਰਤ ਨੇ 3 ਸਤੰਬਰ ਨੂੰ ਸ਼ੁਰੂ ਹੋਏ ਪੈਰਾਓਲੰਪਿਕਸ ਦੇ 6ਵੇਂ ਦਿਨ ਪੰਜ ਹੋਰ ਤਗਮੇ ਜਿੱਤੇ ਜਿਸ ਵਿੱਚ ਦੀਪਤੀ ਜੀਵਨਜੀ ਨੇ ਔਰਤਾਂ 400 ਮੀਟਰ T20 ਵਰਗ ਵਿੱਚ ਕਾਂਸੀ ਦਾ ਮੈਡਲ ਜਿੱਤਿਆ